अजीत वैब टीवी देखने वाले सारे ही दर्शकों का स्वागत है। दोस्तों मैं हाँ स्वर्ण सिंह टैणा ते असी प्रोग्राम शौक आपो अपने लैके हाज़र हाँ। पंजाबी संगीत ने थोड़े थोड़े समय बाद कदे 5 साल बाद कदे 10 वरिया बाद नवे नवे मोड़ कट्टे आ। कोई वेला से जदों लाख दे रिकॉर्ड जिन्हों असी पत्थर दे तवे भी कहिंदे सी वह मार्केट दे विच सी। कई कलाकारां दी उदों बड़ी गूढ़ी पछाण बनी। उस तो बाद ये जिहड़े प्लास्टिक दे तवे आने शुरू होए, फिर कैसेट आई, उस तो बाद सीडी आई, पेन ड्राइव का दौर आया, हुण आई ट्यून का ते यूट्यूब का दौर है। यानी कि संगीत खेत्र दे विच बहुत वड्डियां वड्डियां समय समय ते तब्दीलियां होईयां होणियां कुदरती भी है। पर असी पत्थर दे तव्यां नूं प्लास्टिक दे तव्यां नूं किन्ना क संभालदे हां, किन्ना क देखिया, इहदे बारे सारे जाणदे हां। पर अज साडे स्टूडियो दे विच इक ओह व्यक्ति ओह हस्ती बैठी है जिहदे वल्लों बहुत वड्डी गिणती दे विच इन्हां रिकॉर्डां नूं सांभ के रख्या गया। एक वेला सी जदों हिज मास्टर वॉयस यानी कि HMV कंपनी दे वल्लों कलाकारां दी फोटो आ जिहड़ी ओह तवे दे उत्ते नहीं सी लाई जांदी, सिर्फ कुत्ते दी फोटो लाई जांदी सी। कुछ एक विरले टामे कलाकार हुंदे सी जिन्हां दी फोटो लगदी सी रिकॉर्ड दे उत्ते। उन्हां कलाकारां दे बारे बहुत नेड़े जाणदे ने जिहड़े साडे स्टूडियो दे विच पहुंचे ने। ओह बरनाला ज़िले दे पिंड दे एक रहिण वाले ने, ओह शेर सिंहपुरा पिंड आ उन्हां दा, ते उन्हां ने अपने घर दे विच लाइब्रेरी बनाई होई आ। 25,000 दे करीब उन्हां दे घर दे विच रिकॉर्ड पाए ने। इस तों इलावा बहुत वड्डी गिणती दे विच मैगजीन, होर किताबां ते रेडियो भी उन्हां दे कोले दर्जना दी गिणती दे विच है। ओह साडे स्टूडियो दे विच अज अपना बहुत सारा अणमुल्ला खजाना लैके आए आ। तुसीं उन्हां नूं देखोगे, गलबात भी सुनोगे, ते ओह जिहड़े रिकॉर्ड ने ओह आपां नूं सुणाउणगे भी कि आह भी इक कलाकार सन, इन्हां ने इस वनगी दे गीत आ जिहड़े ओह पेश कीते आ। सो पहलां तां असीं गुरमुख सिंह लाली जी तुहाडा बहुत बहुत स्वागत करदे हां, तुसीं स्टूडियो दे विच आए। टैणा साहिब मैं तुहाडा भी धन्नवाद करदा ते मैनूं अजीत वैबसाइट दे राहीं ਮਿਲਣ ਦਾ ਮੌਕਾ ਮਿਲ ਰਿਹਾ ਅਤੇ ਸਰੋਤਿਆਂ ਦੇ ਰੂਬਰੂ ਮੈਂ ਪੇਸ਼ ਹੋ ਰਿਹਾ ਜੀ। ਲਾਲੀ ਜੀ ਅਸੀਂ ਬਹੁਤ ਖੁਸ਼ੀ ਮਹਿਸੂਸ ਕਰਦੇ ਹਾਂ ਵੀ ਤੁਸੀਂ ਕਿੰਨਾ ਵੱਡਾ ਖਜ਼ਾਨਾ ਜਿਹੜਾ ਉਹ ਆਪਣੇ ਮੂਹਰੇ ਰੱਖਿਆ ਹੋਇਆ। ਪਹਿਲਾਂ ਮੈਂ ਦਰਸ਼ਕਾਂ ਨੂੰ ਵੀ ਦੱਸਣਾ ਚਾਹੁੰਦਾ ਕਿ ਇਹ ਇਹਨਾਂ ਦੇ ਖਜ਼ਾਨੇ ਦੇ ਵਿੱਚੋਂ 5% ਹਿੱਸਾ ਵੀ ਨਹੀਂ, ਇਹ ਬਹੁਤ ਵੱਡਾ ਖਜ਼ਾਨਾ ਲੈ ਕੇ ਆਏ ਆ। ਪਰ ਥੋੜ੍ਹੇ ਜਿਹੇ ਇੱਥੇ ਅਸੀਂ ਘੱਟ ਪੇਸ਼ਕਾਰੀ ਕਰ ਸਕਦੇ ਸੀ, ਦਿਖਾ ਸਕਦੇ ਸੀ। ਪਹਿਲਾਂ ਤਾਂ ਇਹ ਦੱਸੋ ਕਿ ਤੁਸੀਂ ਇੰਨੀ ਵੱਡੀ ਗਿਣਤੀ ਦੇ ਵਿੱਚ ਰਿਕਾਰਡ ਆ ਜਿਹੜੇ ਸਾਂਭ ਕੇ ਰੱਖੇ ਆ, ਤੁਸੀਂ ਆਪਣੇ ਪਿੰਡ ਦੇ ਵਿੱਚ ਇੱਕ ਲਾਇਬ੍ਰੇਰੀ ਵੀ ਬਣਾਈ ਹੋਈ ਆ, 25,000 ਦੇ ਕਰੀਬ ਉਹਦੇ ਵਿੱਚ ਰਿਕਾਰਡ ਹੈਗੇ ਆ, ਇਹ ਤੁਹਾਨੂੰ ਚਿਟਕ ਕਿਵੇਂ ਲੱਗੀ ਰਿਕਾਰਡ ਇਕੱਠੇ ਕਰਨ ਦੀ? ਟੈਣਾ ਸਾਹਿਬ ਗੱਲ ਇਹ ਹੈ, ਮੇਰੇ ਪਿਤਾ ਜੀ ਸਿਆਸੀ ਜੀਵਨ ਨਾਲ ਸੰਬੰਧ ਰੱਖਦੇ ਸਨ ਜੀ। ਸਾਡੇ ਘਰ 3-4 ਅਖਬਾਰ ਆਉਂਦੇ ਸੀ ਅਤੇ ਜਿਹੜਾ ਲੀਡਰ ਹੁੰਦਾ ਉਹ ਅਖਬਾਰ ਅਤੇ ਰੇਡੀਓ ਦਾ ਉਹਦੀ ਹੋਬੀ ਹੁੰਦੀ ਹੈ। ਬਿਲਕੁਲ। ਰੇਡੀਓ ਨੇ ਮੇਰੇ ਅੰਦਰ ਇਹ ਜਿਹੜਾ ਚੇਟਕ ਹੈ ਇਹ ਜਗਾਈ। ਮੈਂ ਛੋਟਾ ਹੁੰਦਾ 8 ਸਾਲ ਦਾ ਰੇਡੀਓ ਸੁਣਨ ਲੱਗ ਗਿਆ ਸੀ ਅਤੇ ਉਹ ਰੇਡੀਓ ਤੋਂ ਮੈਂ ਉਹ ਪ੍ਰੋਗਰਾਮ ਸੁਣਦਾ ਸੀ ਜੋ ਪੰਜਾਬੀ ਨਾਲ, ਹਿੰਦੀ ਨਾਲ ਜਾਂ ਹੋਰ ਵੀ ਗੀਤ ਸੰਗੀਤ ਨਾਲ ਸੰਬੰਧਿਤ ਸਨ, ਉਹ ਵੱਖ ਵੱਖ ਰੇਡੀਓ ਤੋਂ ਮੈਂ ਰੇਡੀਓ ਔਨ ਕਰਕੇ ਸੁਣਦਾ ਰਹਿੰਦਾ ਸੀ। 1977 ਦੇ ਵਿੱਚ ਜਦੋਂ ਟੇਪ ਰਿਕਾਰਡ ਦਾ ਯੁੱਗ ਆਇਆ ਅਤੇ ਮੇਰੇ ਪਿਤਾ ਜੀ ਸਰਦਾਰ ਸੁਰਜੀਤ ਸਿੰਘ ਬਰਨਾਲਾ ਜਿਹੜੇ ਖੇਤੀਬਾੜੀ ਮੰਤਰੀ ਬਣੇ ਸਨ, ਉਸ ਟਾਈਮ ਉਹਨਾਂ ਨੂੰ ਮਿਲਣ ਗਏ, ਉੱਥੋਂ ਟੇਪ ਕਰ ਲਿਆ। ਅੱਛਾ ਜੀ। ਜਿਹੜਾ ਗੀਤ ਮੈਂ ਰੇਡੀਓ ਤੋਂ ਥੋੜ੍ਹੇ ਹੁੰਦੇ ਸੁਣੇ ਉਹ ਮੈਂ ਭਰਾਉਣ ਚਲਾ ਗਿਆ ਬਠਿੰਡੇ। ਬਠਿੰਡੇ ਜਦੋਂ ਭਰਾਉਣ ਗਿਆ ਜੀ, ਟੈਣਾ ਸਾਹਿਬ ਉਹ ਰਿਕਾਰਡ ਮੈਂ ਉਹਨਾਂ ਨੂੰ ਕਿਹਾ ਵੀ ਲਿਖੋ ਆਹ ਰਿਕਾਰਡ ਮੈਨੂੰ ਭਰ ਕੇ ਦਿਉ, ਉਹ ਕਹਿੰਦੇ ਇਹ ਤਾਂ ਰਿਕਾਰਡ ਸਾਡੇ ਕੋਲ ਹੈ ਨਹੀਂ। ਅੱਛਾ। ਜਦੋਂ ਕਿ ਉਹਨਾਂ ਟਾਈਮ ਦੇ ਵਿੱਚ ਭਾਖੜੇ ਤੋਂ ਉਹਦੀ ਇੱਕ ਮਟਿਆਰ ਨੱਚਦੀ, ਹਰਚਰਨ ਗਰੇਵਾਲ ਦਾ ਗੀਤ ਹੁੰਦਾ ਸੀ, ਇੱਕ ਗਾਣਾ ਵੱਜਦਾ ਹੁੰਦਾ ਸੀ ਨਿਰਮਲ ਸਿੰਘ ਨਿਰਮਲ ਦਾ ਚੱਟੀ ਪੜ੍ਹ ਕੇ ਜਮਾਤਾਂ 4-5 ਪਿੰਡ ਦੀ ਬਣੀ। ਬਿਲਕੁਲ। ਇਸ ਤਰ੍ਹਾਂ ਦੇ ਗੀਤ ਵੱਜਦੇ ਅਤੇ ਉਹ ਮਿਲੇ ਨਾ, ਫਿਰ ਮੇਰੇ ਅੰਦਰ ਇੱਕ ਜਗਾਸੂ ਜਾਗਿਆ ਵੀ ਕਿਉਂ ਨਾ ਇਹ ਇੱਕ ਸੇਵਾ ਹੈ ਮਾਂ ਬੋਲੀ ਦੀ, ਪੰਜਾਬੀ ਮਾਂ ਬੋਲੀ ਦੀ, ਸੰਗੀਤ ਦੀ, ਵੀ ਕਿਉਂ ਨਾ ਇਹ ਚੀਜ਼ ਨੂੰ ਇਕੱਠਾ ਕੀਤਾ ਜਾਵੇ, ਕਿਉਂਕਿ ਥੋੜ੍ਹੇ ਸਮੇਂ ਦੀ ਚੀਜ਼ ਵਿੱਚ ਇਹ ਚੀਜ਼ ਗਾਇਬ ਹੋ ਗਈ। ਇਹ ਚੀਜ਼ ਨੇ ਮੇਰੇ ਅੰਦਰ ਇਹ ਚੇਤਕ ਜਗਾਈ ਅਤੇ ਤਾਂ ਮੈਂ ਇਹ ਚੀਜ਼ ਨੂੰ ਇਕੱਠਾ ਕੀਤਾ। ਅੱਜ ਮੈਂ ਆਪਣੇ ਪਿੰਡ ਦੇ ਵਿੱਚ ਜਥੇਦਾਰ ਪ੍ਰਗਟ ਸਿੰਘ ਪੰਜਾਬੀ ਸੰਗੀਤ ਕਲੈਬਰੀ ਬਣਾਈ ਹੋਈ ਹੈ ਜਿਸ ਦੇ ਵਿੱਚ 25,000 ਰਿਕਾਰਡ ਵੱਖ ਵੱਖ ਬਣਗੀਆਂ ਦੇ ਸੰਭਾਲੇ ਹੋਏ ਨੇ, ਆਪਣੇ ਨਾਲ ਇੱਕ ਨਾਲ ਲਾ ਕੇ ਰੱਖੇ ਹੋਏ ਨੇ। ਕਿਹੜੇ ਵਰ੍ਹੇ ਦੇ ਵਿੱਚ ਤੁਸੀਂ ਰਿਕਾਰਡ ਇਕੱਠੇ ਕਰਨੇ ਸ਼ੁਰੂ ਕੀਤੇ? ਮੈਂ 1977 ਦੇ ਵਿੱਚ ਸ਼ੁਰੂ ਕੀਤੇ ਜੀ। ਅੱਛਾ। ਪਹਿਲਾਂ ਕੁਛ ਮੈਂ ਕੈਸਟਾਂ ਵੀ ਇਕੱਠੀਆਂ ਕੀਤੀਆਂ, ਕੁਛ ਰਿਕਾਰਡ ਵੀ ਕਿਤੇ ਇਕੱਠੇ ਕੀਤੇ, 5-10 ਕਿੱਥੇ ਕੀਤੇ ਅਤੇ ਉਹ ਰੱਖੇ ਪਏ ਰਹੇ। ਜਦੋਂ ਮੈਂ ਨੌਕਰੀ 'ਤੇ ਲੱਗ ਗਿਆ ਬੈਂਕ ਦੇ ਵਿੱਚ ਤਾਂ ਫਿਰ ਮੈਂ ਇਹ ਚੀਜ਼ ਨੂੰ ਹੋਰ ਇਕੱਠੇ ਕਰਨ ਲੱਗ ਗਿਆ। ਜਿੰਨਾ ਕੁ ਮੈਨੂੰ ਪੈਸਾ ਘਰੋਂ ਮਿਲਦਾ ਸੀ ਮੈਂ ਖਰੀਦੀ ਗਿਆ। ਅੱਛਾ, ਮੈਨੂੰ ਇਹ ਪਤਾ ਹੁੰਦਾ ਸੀ ਪੰਜਾਬੀ ਗਾਣੇ, ਮੈਂ ਆਬਾਦੀ ਦੇਖ ਲੈਂਦਾ ਸੀ ਜਿੱਥੇ 5,000 ਤੋਂ ਉੱਪਰ ਆਬਾਦੀ ਹੈ ਜਿੱਥੇ ਪੰਜਾਬੀ ਰਹਿੰਦੇ ਨੇ, ਉੱਥੋਂ ਮੈਨੂੰ ਪੰਜਾਬੀ ਦੇ ਰਿਕਾਰਡ ਮਿਲ ਜਾਂਦੇ ਸੀ। ਅੱਛਾ। ਮੈਂ ਵੱਖ ਵੱਖ ਸ਼ਹਿਰਾਂ ਦੇ ਵਿੱਚ ਚੱਪਾ ਗਾਹ ਮਾਰਿਆ ਅਤੇ ਇਹ ਚੀਜ਼ ਨੂੰ ਮੈਂ ਇਕੱਠਾ ਕੀਤਾ। ਇੱਕ ਤਾਂ ਇਹ ਗੱਲ ਦੱਸੋ ਕਿ ਜਿਹੜੇ ਇਹ ਰਿਕਾਰਡ ਆ, ਜਿਵੇਂ ਤੁਸੀਂ ਕਿਹਾ ਕਿ ਜਿੱਥੇ 5,000 ਦੀ ਆਬਾਦੀ ਹੁੰਦੀ ਸੀ ਉੱਥੋਂ ਤੁਹਾਨੂੰ ਕੁਝ ਨਾ ਕੁਝ ਮਿਲ ਜਾਂਦਾ ਸੀਗਾ, ਹਾਂਜੀ, ਇਹ ਤੁਹਾਡਾ ਇੱਕ ਲੱਭਣ ਦਾ ਤਰੀਕਾ ਵੀ ਸੀ। ਹਾਂਜੀ ਹਾਂਜੀ। ਪਰ ਤੁਹਾਡੇ ਕੋਲ ਹਿੰਦੀ ਰਿਕਾਰਡ ਵੀ ਹੈਗੇ ਆ, ਹਾਂਜੀ ਹਾਂਜੀ, ਤੁਹਾਡੇ ਕੋਲ ਹੋਰ ਵੀ ਭਾਸ਼ਾਵਾਂ ਦੇ ਹੈਗੇ ਆ, ਹਾਂਜੀ ਹਾਂਜੀ, ਇਹ ਫਿਰ ਜਿਹੜੇ ਪੰਜਾਬੀ ਤੋਂ ਬਿਨਾਂ ਹੈਗੇ ਆ, ਹਾਂਜੀ ਹਾਂਜੀ, ਉਹ ਰਿਕਾਰਡ ਕਿਵੇਂ ਲੱਭੇ? ਹਾਂਜੀ, ਉਹ ਵੀ ਦੱਸਦੇ, ਕਿਉਂਕਿ ਇਹਦਾ ਰੇਡੀਓ ਮਾਧਿਅਮ ਹੈ, ਇਹਦਾ ਬੰਦਾ ਰੇਡੀਓ ਸੁਣਦਾ ਹੈ, ਰੇਡੀਓ ਤੋਂ ਪਤਾ ਲੱਗਦਾ ਵੀ ਰੇਡੀਓ 'ਚ ਕੀ ਵੱਜਦਾ ਸੀ, ਰੇਡੀਓ 'ਚ
ਲੀਡਰ ਦੀਆਂ ਆਵਾਜ਼ਾਂ ਵੀ ਆਉਂਦੀਆਂ ਹੁੰਦੀਆਂ ਸੀ, ਆਜ਼ਾਦੀ ਦੇ ਗੀਤ ਵੱਜਦੇ ਹੁੰਦੇ ਸਨ, ਗਜ਼ਲਾਂ ਆਉਂਦੀਆਂ ਸੀ। ਮੈਨੂੰ ਪਤਾ ਸੀ ਵੀ ਕਿਹੜੇ ਜ਼ਮਾਨੇ 'ਚ ਗੁਲਾਬ ਬਾਈ ਦਾ ਗਾਣਾ ਵੱਜਦਾ ਹੁੰਦਾ ਸੀ, ਨਦੀ ਨਾਰੇ ਨਾ ਜਾਓ ਸਾਮਾ ਪੀਆਂ ਕਰੋ, ਇਹ ਗੀਤ ਗੁਲਾਬ ਬਾਈ ਦਾ ਸੀ, ਇਹ ਬਾਲਦੀ ਵਿੱਚ ਆਸਾ ਭੋਸਲੇ ਨੇ ਗਾਇਆ। ਫਿਰ ਕਾਰਡ ਮੈਂ ਲੱਭਿਆ, ਕਿਉਂਕਿ ਮੈਨੂੰ ਹਿੰਦੀ ਦੇ ਗਾਣੇ ਤਾਂ ਦਿੱਲੀਓਂ ਮਿਲ ਜਾਂਦੇ ਸੀ, ਕਲਕੱਤੋਂ ਮਿਲ ਜਾਂਦੇ ਸੀ, ਬੰਬਈ ਤੋਂ ਮਿਲ ਜਾਂਦੇ ਸਨ, ਹੋਰ ਵੱਡੇ ਸ਼ਹਿਰਾਂ 'ਚੋਂ ਮਿਲ ਜਾਂਦੇ ਸੀ, ਪਰ ਪੰਜਾਬੀ ਮੈਨੂੰ ਉੱਥੋਂ ਮਿਲਦਾ ਸੀ ਜਿੱਥੇ ਪੰਜਾਬੀਆਂ ਦੀ ਆਬਾਦੀ ਵੱਧ ਸੀ। ਅੱਛਾ, ਅਤੇ ਇੱਕ ਵੀ ਜਾਣਕਾਰੀ ਦਿਓ ਕਿ ਤੁਸੀਂ ਇਹ ਜਿੰਨੇ ਰਿਕਾਰਡ ਇਕੱਠੇ ਕੀਤੇ ਆ, ਬਹੁਤ ਸਾਰੇ ਵੱਡੀ ਗਿਣਤੀ 'ਚ ਰਿਕਾਰਡ ਇਹੋ ਜਿਹੇ ਜਿਹੜੇ ਕਿਤੇ ਵੀ ਨਹੀਂ ਲੱਭਦੇ, ਕਿਸੇ ਵੀ ਥਾਂ ਦੇ ਉੱਤੇ ਤੁਹਾਨੂੰ ਲੱਭ ਨਹੀਂ ਸਕਦੇ, ਪਰ ਤੁਸੀਂ ਕੋਈ ਕਿਤੋਂ ਹਾਸਲ ਕੀਤਾ, ਕੋਈ ਕਿਤੋਂ ਹਾਸਲ ਕੀਤਾ, ਕੋਈ ਮੁੱਲ ਵੀ ਖਰੀਦਿਆ ਹੋਣਾ, ਕੋਈ ਤੁਹਾਨੂੰ ਤੋਹਫੇ ਦੇ ਰੂਪ ਦੇ ਵਿੱਚ ਵੀ ਮਿਲਿਆ ਹੋਣਾ, ਇਹ ਜਿਹੜੇ ਰਿਕਾਰਡ ਆ ਵੱਧ ਤੋਂ ਵੱਧ ਕਿੰਨੀ ਕੀਮਤ ਦੇ ਉੱਤੇ ਤੁਸੀਂ ਖਰੀਦੇ ਆ, ਵੱਧ ਤੋਂ ਵੱਧ ਕੀਮਤ ਵਾਲਾ ਕਿਹੜਾ? ਦੇਖੋ ਜੀ, ਰਿਕਾਰਡ ਮੈਂ ਹੁਣ ਤੱਕ ਵੀ ਖਰੀਦ ਰਿਹਾ, ਕੋਈ ਰੇਅਰ, ਦੇਖੋ ਇਹ ਬੜਾ ਵੱਡਾ ਖਜ਼ਾਨਾ ਹੈ। ਜਿਹੜੇ ਬਾਹਰਲੇ ਰਿਕਾਰਡ ਨੇ ਉਹ ਮੈਂ 25-25 ਹਜ਼ਾਰ ਤੱਕ, 30-30 ਹਜ਼ਾਰ ਤੱਕ ਵੀ ਰਿਕਾਰਡ ਖਰੀਦਿਆ, 20 ਹਜ਼ਾਰ ਨੂੰ ਵੀ ਖਰੀਦਿਆ, 10 ਹਜ਼ਾਰ ਨੂੰ ਵੀ ਖਰੀਦਿਆ, 5 ਨੂੰ ਵੀ ਖਰੀਦਿਆ, 2 ਨੂੰ ਵੀ ਖਰੀਦਿਆ, 50 ਰੁਪਏ ਨੂੰ ਵੀ ਖਰੀਦਿਆ, 100 ਰੁਪਏ ਨੂੰ ਵੀ ਖਰੀਦਿਆ। ਕੋਈ ਅਜਿਹਾ ਟਾਈਮ ਸੀ 10 ਰੁਪਏ ਨੂੰ ਵੀ ਰਿਕਾਰਡ ਮਿਲ ਜਾਂਦਾ ਸੀ। ਮਸਲਨ ਜਿਹੜਾ 25 ਹਜ਼ਾਰ ਰੁਪਏ ਦੇ ਵਿੱਚ ਰਿਕਾਰਡ ਖਰੀਦਿਆ, ਹਾਂਜੀ, ਉਹ ਕਿਹੜੇ ਕਿਹੜੇ ਆ? ਉਹ ਰਿਕਾਰਡ ਨੇ 25 ਹਜ਼ਾਰ ਰਿਕਾਰਡ ਹੈ ਸੈਣਾ ਸਾਹਿਬ, ਉਹਦਾ ਮੈਂ ਤੁਹਾਨੂੰ ਚਾਰ ਕਰ ਸੁਣਾ। ਦੇਖੋ ਆਹ ਰਿਕਾਰਡ ਮਹਿੰਦਰ ਕਪੂਰ ਦਾ ਰਿਕਾਰਡ ਨਹੀਂ ਮਿਲਦਾ ਜੀ, ਜਿਹੜੇ ਥੱਲੇ ਲਿਖਿਆ ਭਾਬੀ ਗੱਲ ਨਾ ਕਰੀ, ਗੱਲ ਕਰੀ, ਮਹਿੰਦਰ ਕਪੂਰ ਦਾ ਬਾਹਰਲਾ ਰਿਕਾਰਡ ਹੈ ਸਰ, ਕਹਿਣਾ ਸਾਹਿਬ ਆਹ ਰਿਕਾਰਡ ਵੀ ਨਹੀਂ ਮਿਲਦਾ ਜੀ। ਇਹ 15 ਹਜ਼ਾਰ ਦਾ ਰਿਕਾਰਡ ਹੈ, ਧਾਰਮਿਕ ਗੀਤ ਹੈ। ਅੱਛਾ ਜੀ, ਇਹ ਦਿਆ ਸਿੰਘ ਦਿਲਬਰ ਨਹੀਂ ਹੋਏ, ਉਹਨਾਂ ਦਾ ਬਾਹਰਲਾ ਇੰਗਲੈਂਡ ਦਾ ਆਪਣੇ ਰਿਕਾਰਡ ਹੈ ਜੀ। ਆਹ ਮੋਹਣੀ ਨਰੂਲੇ ਦਾ ਰਿਕਾਰਡ ਹੈ, ਇਹ 10 ਹਜ਼ਾਰ ਦਾ ਰਿਕਾਰਡ ਹੈ। ਅੱਛਾ, ਆਹ ਸ਼ੀਤਲ ਸਿੰਘ ਸ਼ੀਤਲ ਦਾ ਦਗਾਣਾ ਆਇਆ ਬਾਹਰੋਂ ਬਣਿਆ, ਇਹ ਰਿਕਾਰਡ ਨਹੀਂ ਮਿਲਦਾ। ਵਾਹ ਜੀ ਵਾਹ। ਆਹ ਦੇਖੋ ਮਹਾਤਮਾ ਗਾਂਧੀ ਦੀ ਆਵਾਜ਼ ਹੈ, ਕਹਿਣਾ ਸਾਹਿਬ ਜਿਹੜਾ ਮੈਂ ਰਿਕਾਰਡ ਦਿਖਾ ਰਿਹਾ ਮੈਂ ਤੁਹਾਨੂੰ, ਇਹ ਰਿਕਾਰਡ ਕਿਤੇ ਫੰਨੇ ਖਾਂ ਕੋਲ ਵੀ ਹੈ ਨਹੀਂ, ਜਿਹੜਾ ਕਲੈਕਸ਼ਨ ਕਰਦਾ ਹੈ ਜੀ, ਇਹ ਰਿਕਾਰਡ ਨਹੀਂ ਮਿਲਦਾ। ਇਹ ਇੱਕ ਵਾਰੀ ਆ ਕੇ ਮਿਲ ਜਾ ਕਰਤਾਰ ਰਵਲਾ ਅਤੇ ਪਰਮਜੀਤ ਸਿੰਘ, ਇਹ ਰਿਕਾਰਡ ਨਹੀਂ ਮਿਲਦਾ ਕਿਸੇ ਕੋਲ। ਆਹ ਸੁਰਿੰਦਰ ਸਿੰਧ ਦੀਆਂ ਬੋਲੀਆਂ, ਇਹ ਵੀ ਰੇਅਰ ਰਿਕਾਰਡ ਹੈ, ਇਹਦੀ ਵੀ ਡਿਮਾਂਡ ਹੈ ਗੀਤ ਦੀ ਅੱਜ ਕੱਲ੍ਹ। ਲੇਖਕ ਸੁਰਜੀਤ ਗਿੱਲ, ਸੰਗੀਤ ਚਰਨਜੀਤ ਅਹੂਜਾ, ਹਾਂ ਜੱਟ ਪਾਉਣ ਬੋਲੀਆਂ ਜੀ। ਵਾਹ। ਆਹ ਜੀ ਸੁਭਾਸ਼ ਚੰਦਰ ਬੋਸ ਦੀ ਆਵਾਜ਼ ਹੈ, ਇਹ ਗੁਰੂ ਨਾਨਕ ਜੀ ਦੇ ਸ਼ਬਦ ਹੈ ਜੀ। ਅੱਛਾ ਜੀ, ਇਹ ਕਿਹਨਾਂ ਨੇ ਗਾਏ, ਕਿਹਨਾਂ ਨੇ? ਭਾਈ ਗੋਪਾਲ ਸਿੰਘ ਰਾਗੀ ਦੇ ਜੀ। ਅੱਛਾ, ਇਹ ਫਰੀਦਾ ਖਾਨਮਾ ਜੀ, ਪਾਕਿਸਤਾਨ ਦੀ ਗਾਇਕਾ, ਗਜ਼ਲਾਂ ਜੀ। ਇਹ ਪੰਜਾਬੀ ਦਾ ਨੂਰ ਜਹਾਂ ਦਾ ਬੜਾ ਰੇਅਰ ਨੰਬਰ ਹੈ ਜੀ। ਵਾਹ, ਪਾਕਿਸਤਾਨ ਤੋਂ ਮੰਗਵਾਇਆ ਰਿਕਾਰਡ, ਇਹ ਬੈਸਟ ਆਫ ਨੂਰ ਜਹਾਂ, ਨੂਰ ਜਹਾਂ ਜੀ। ਇਹ ਟੰਡਾ ਸਾਹਿਬ ਇਕਬਾਲ ਬਾਨੋ, ਪਾਕਿਸਤਾਨ ਦੀ ਗਾਇਕਾ, ਗਜ਼ਲਾਂ ਉਰਦੂ ਦੀ ਗਾਓ, ਬਿਲਕੁਲ। ਇਹ ਕੈਨੇਡੀ ਦੀ ਆਵਾਜ਼ ਆ ਜੀ। ਅੱਛਾ, ਅਮਰੀਕਾ ਦੇ ਰਾਸ਼ਟਰਪਤੀ ਦੀ। ਆਹ ਦੇਖੋ ਲੈਲਨ ਦੀ ਆਵਾਜ਼, ਲੈਨਨ, ਠੀਕ ਹੈ। ਆਹ ਦੇਖੋ ਇੱਕ ਬਹੁਤ ਘੱਟ ਬੰਦੇ ਨੂੰ ਪਤਾ ਹੋਊਗਾ, ਪਰਮਜੀਤ ਪੰਮੀ ਹੋਈ ਹੈ ਜਿਹੜੀ ਇਸ ਕੰਗ ਨਾਲ ਗਾਣੇ ਗਾ ਗਈ, ਇਹਦਾ ਇਕੱਲੀ ਦਾ ਰਿਕਾਰਡ ਹੈ, ਇੰਗਲੈਂਡ ਦਾ ਬਣਿਆ ਹੋਇਆ, ਰਿਕਾਰਡ ਨਹੀਂ ਮਿਲਦਾ। ਆਪਾਂ ਚੰਗੀ ਗਰੁੱਪ ਦਾ ਰਿਕਾਰਡ ਹੈ। ਅੱਛਾ, ਇੰਗਲੈਂਡ ਵਾਲਿਆਂ ਦਾ, ਇੰਗਲੈਂਡ ਵਾਲਿਆਂ ਦਾ। ਆਹ ਸਾਡੀ ਪੰਜਾਬੀ ਦੀ ਗਾਇਕਾ ਹੋਈ ਹੈ, ਬਹੁਤ ਤਗੜੀ ਕਲਾਕਾਰ ਸੀ, ਗੁਰਬਾਣੀ ਮੇਰਾ ਸੱਚਾ ਸੌਦਾ, ਇਹਨਾਂ ਦੇ ਨਾਲ ਪ੍ਰੀਤੀ ਵਾਲਾ ਜਿਹੜੀ ਕਿ ਕਰਨੈਲ ਗਿੱਲ ਨਾਲ ਗਾਉਂਦੀ ਹੁੰਦੀ ਸੀ, ਬਿਲਕੁਲ ਸਹੀ। ਇੱਕ ਮਤਲਬ ਐਕਸੀਡੈਂਟ ਹੋ ਗਿਆ ਸੀ, ਇਹ ਡੈਥ ਹੋ ਗਈ, ਇਹਦਾ ਇੱਕੋ ਧਾਰਮਿਕ ਗੀਤ ਆਇਆ ਸੀ ਸੋਨੀ ਟੋਨ ਕੰਪਨੀ 'ਚ, ਸਮਸਮ ਨੱਚਦੀ ਫਿਰ, ਬੜਾ ਰੇਅਰ ਰਿਕਾਰਡ ਆ ਜੀ। ਇਹ ਰਿਕਾਰਡ ਵੀ 25 ਹਜ਼ਾਰ ਦਾ ਰਿਕਾਰਡ ਮਿਲਿਆ ਜੀ, ਆਸ਼ਾ ਭੋਂਸਲੇ, ਹਾਂ, ਅਤੇ ਚੰਨੀ ਦਾ ਰਿਕਾਰਡ ਹੈ, 25 ਹਜ਼ਾਰ ਦਾ ਰਿਕਾਰਡ ਖਰੀਦਿਆ ਮੈਂ, ਮਲਕੀਤ ਦਾ ਨੰਬਰ ਹੈ ਜੀ। ਵਾਹ ਜੀ ਵਾਹ। ਆਹ ਦੇਖੋ ਇੰਦਰਾ ਗਾਂਧੀ ਦਾ ਰਿਕਾਰਡ ਆ ਜੀ, ਇਹਦੇ ਆਪਦੇ ਦਸਤਖਤ ਕੀਤੇ ਹੋਏ ਨੇ, ਇਹ ਰਾਜਸਥਾਨ ਦੇ ਜਿਹੜੇ ਲੋਕ ਗੀਤ ਸੀ ਉਹਨਾਂ ਦਾ ਗਾਇਆ ਗੀਤ ਹੈ, ਅਤੇ ਉਹ ਕਿਤੇ ਉੱਥੇ ਰਿਲੀਜ਼ ਕੀਤਾ ਸੀ ਇੰਦਰਾ ਗਾਂਧੀ। ਇੱਕ ਉਸ ਥੋੜ੍ਹੇ ਜਿਹੇ ਮੈਂ ਰਿਕਾਰਡ ਲੈ ਗਿਆ ਸੀ, ਜਿੰਨਾ ਕਿ ਦੇਖੋ ਕਿਉਂਕਿ ਬੜਾ ਦੁਰਲੱਭ ਹੁੰਦਾ, ਉਹ ਬੜੇ ਤੁਹਾਡੇ ਕੀਮਤੀ ਰਿਕਾਰਡ ਹੈਗੇ ਆ, ਪਰ ਮੈਨੂੰ ਇਹ ਜਾਣਕਾਰੀ ਦਿਓ ਵੀ ਤੁਸੀਂ ਕੋਈ 25 ਹਜ਼ਾਰ ਦਾ ਖਰੀਦਿਆ, ਕੋਈ 50 ਹਜ਼ਾਰ ਦਾ ਖਰੀਦਿਆ, ਕੋਈ 5 ਹਜ਼ਾਰ ਦਾ ਖਰੀਦਿਆ, ਹਾਂਜੀ ਹਾਂਜੀ, ਇਹ ਕਿਹਨਾਂ ਦੇ ਕੋਲੋਂ ਖਰੀਦੇ ਆ? ਇਹ ਬੰਦਿਆਂ ਤੱਕ ਪਹੁੰਚ ਤੁਹਾਡੀ ਸਿੱਧੀ ਹੋ ਜਾਂਦੀ ਹੈ ਜਾਂ ਵਿਚਾਲੇ ਕੋਈ ਬੰਦੇ ਹੁੰਦੇ? ਦੇਖੋ ਕੁਛ ਤਾਂ ਰਿਕਾਰਡ ਜੀ ਏਜੰਟਾਂ ਤੋਂ ਮਿਲਦੇ ਨੇ, ਕੁਛ ਦੁਕਾਨਾਂ ਤੋਂ ਮਿਲਦੇ ਨੇ, ਅੱਛਾ, ਜਿਹੜੇ ਦੁਕਾਨਦਾਰ ਨੇ, ਕੁਛ ਬੰਦੇ ਆਪ ਖਰੀਦ ਕੇ ਲਿਆਉਂਦੇ ਨੇ, ਉਹਨਾਂ ਕੋਲੋਂ ਠੀਕ ਰੇਟ 'ਤੇ ਮਿਲ ਜਾਂਦੇ ਨੇ, ਜਿਹੜੇ ਗਾਹਾਂ ਤੋਂ ਗਾਹਾਂ ਖਰੀਦਦੇ ਨੇ ਉਹਨਾਂ ਨੇ ਵੀ ਆਪਦਾ 4 ਪੈਸੇ ਬਚਾਉਣੇ ਹੁੰਦੇ ਨੇ, ਸਹੀ, ਉਹ ਫਿਰ ਮਹਿੰਗੇ ਮਿਲਦੇ ਆ। ਸਾਨੂੰ ਇਸ ਵਾਰੇ ਖਰੀਦਣੇ ਪੈਂਦੇ ਆ ਮਹਿੰਗੇ ਰਿਕਾਰਡ, ਸਾਨੂੰ ਪਤਾ ਵੀ ਰਿਕਾਰਡ 50 ਬਣੇ ਨੇ, ਇਹ ਕਾਪੀ ਮਿਲੀ ਨਹੀਂ, ਇੱਕ ਵਾਰ ਇੱਥੋਂ ਨਿਕਲ ਗਈ ਬਸ, ਫਿਰ ਉਸ ਤੋਂ ਬਾਅਦ ਇਹ ਚੀਜ਼ ਨਹੀਂ ਮਿਲਦੀ, ਇਸ ਕਰਕੇ ਇਹ ਰਿਕਾਰਡ ਫਿਰ ਅਸੀਂ, ਕਿਉਂਕਿ ਜਿਹੜਾ ਬੰਦਾ ਕਲੈਕਸ਼ਨ ਕਰਦਾ ਉਹਨੂੰ ਆਪਦੀ ਕਲੈਕਸ਼ਨ ਦੇ ਵਿੱਚ ਰਿਕਾਰਡ ਰੱਖਣੇ ਪੈਂਦੇ ਜ਼ਰੂਰੀ ਹੈ। ਹੁਣ ਮਹਿੰਦਰ ਕਪੂਰ ਵਾਲਾ ਗੀਤ ਹੈ, ਇਹ ਸਿਰਫ 2-4 ਬੰਦਿਆਂ ਕੋਲ ਹੋਣਾ, ਹਰੇਕ ਬੰਦੇ ਕੋਲ ਇਹ ਨਹੀਂ ਗੀਤ ਹੈਗਾ, ਕਲੈਕਸ਼ਨ ਤਾਂ ਬਥੇਰੇ ਹੋਰ ਵੀ ਕਰੀ ਜਾਂਦੇ ਨੇ, ਪਰ ਕੁਛ ਐਸੇ ਨੰਬਰ ਨੇ ਮੇਰੇ ਕੋਲ ਜਿਹੜੇ ਕਿ ਦੂਜੇ ਮੇਰੇ ਭਰਾਵਾਂ ਕੋਲ ਕਲੈਕਸ਼ਨ ਕਰਦੇ, ਉਹਨਾਂ ਕੋਲ ਨਹੀਂ ਹੋਣੇ। ਇਹ ਹੋ ਗਈ ਤੁਹਾਡੇ ਰਿਕਾਰਡਾਂ ਦੀ ਗੱਲ, ਪਰ ਤੁਸੀਂ ਰੇਡੀਓ ਦੇ ਵੀ ਬੜੇ ਆਸ਼ਕਾਂ, ਰੇਡੀਓ ਬੜੇ ਇਕੱਠੇ ਕੀਤੇ ਆ, ਆਹ ਜਿਹੜਾ ਰੇਡੀਓ ਤੁਸੀਂ ਲੈ ਕੇ ਆਏ ਹੋ ਇਹ ਤੁਸੀਂ ਦੱਸ ਰਹੇ ਸੀ ਵੀ ਰੂਸ ਦਾ ਬਣਿਆ ਹੋਇਆ ਅਤੇ 40 ਵਰੇ ਪਹਿਲਾਂ ਵਾਲਾ, ਇਹ ਰੇਡੀਓ ਇਕੱਠੇ ਕਰਨ ਦੀ ਚਿੱਟ ਕਿਵੇਂ ਲੱਗੀ ਫਿਰ? ਦੇਖੋ ਜਿਹੜਾ ਸੰਗੀਤ ਹੈ, ਸੰਗੀਤ ਜਿਹੜੀ
ਚਾਹੇ ਉਹ ਫਿਲਮਾਂ ਦੇ ਉਹ ਬਣੇ ਹੋਏ ਨੇ ਆਪਣੇ ਜਿਹੜੀਆਂ ਬਣ ਕੇ ਆਉਂਦੀਆਂ ਸੀ ਬੁਕਲੈਟਸ ਉਹ ਨੇ ਅਤੇ ਰੇਡੀਓ ਇਹ ਮੈਂ ਚਾਰ ਚਾਰ ਇਹਦੇ ਪੰਜ ਚੀਜ਼ਾਂ ਨੇ ਜਿਹੜੀਆਂ ਸੰਗੀਤ ਨਾਲ ਸੰਬੰਧ ਨੇ ਫਿਲਮਾਂ ਨਾਲ ਸੰਬੰਧ ਨੇ ਉਹੀ ਇਕੱਠੀਆਂ ਕੀਤੀਆਂ ਹੋਰ ਨਹੀਂ ਕਿਉਂਕਿ ਰੇਡੀਓ ਮੇਰੇ ਕੋਲ 22 ਨੇ 22 ਦੇ 22 ਰੇਡੀਓ 'ਚ ਚੱਲਦੇ ਨੇ ਕੋਈ ਜਰਮਨ ਦਾ ਕੋਈ ਇੰਗਲੈਂਡ ਦਾ ਕੋਈ ਜਪਾਨ ਦਾ ਅਤੇ ਮਤਲਬ ਵੱਖ ਵੱਖ ਦੇਸ਼ਾਂ ਦੇ ਨੇ ਇੱਕ ਮੇਰੇ ਕੋਲ ਇੱਕ ਰੇਡੀਓ ਡੈਨਮਾਰਕ ਦਾ ਉਹ ਬਹੁਤ ਵੱਡਾ ਰੇਡੀਓ ਹੈ ਉਹ 1,00,000 ਰੁਪਏ ਦਾ ਹੈ 50,000 ਦਾ ਵੀ ਹੈ ਜੀ 30,000 ਦਾ ਵੀ ਹੈ 20,000 ਦਾ ਵੀ ਹੈ ਅੱਛਾ ਅਤੇ ਗ੍ਰਾਮੋਫੋਨ ਮਸ਼ੀਨਾਂ ਕਿੰਨੀਆਂ ਰੱਖੀਆਂ ਤੁਸੀਂ ਗ੍ਰਾਮੋਫੋਨ ਮਸ਼ੀਨਾਂ ਮੇਰੇ ਕੋਲ 14 ਮਸ਼ੀਨਾਂ ਟੋਪ ਦੀਆਂ ਮਸ਼ੀਨਾਂ ਕੋਈ 1,00,000 ਦੀ ਹੈ ਕੋਈ 1,50,000 ਦੀ ਹੈ ਕੋਈ 50,000 ਦੀ ਹੈ ਕੋਈ 5,000 ਵਾਲੀ ਹੈ ਕੋਈ ਚਾਬੀ ਵਾਲੀ ਹੈ ਚਾਬੀ ਵਾਲੀ ਮੈਂ ਲੈ ਕੇ ਨਹੀਂ ਆਇਆ ਸਿਰਫ ਮੈਂ ਆਹੀ ਮਸ਼ੀਨ ਚੱਕ ਕੇ ਲਿਆਇਆ ਕਿਉਂਕਿ ਮੈਨੂੰ ਚੱਕਣਾ ਜਿਹੜਾ ਸਮਾਨ ਹੈ ਕਿਉਂਕਿ ਟੁੱਟ ਜਾਂਦਾ ਫਿਰ ਤੁਹਾਨੂੰ ਪਤਾ ਜਿਹੜਾ ਹੁਣ ਆਰ ਕਾਰਡ ਦੀ ਇੰਨੀ ਮਹੱਤਤਾ ਹੈ ਮੈਂ ਹਮਦਾਰ ਸਾਹਿਬ ਨੂੰ ਦੱਸ ਕੇ ਆਇਆ ਇਹ ਮੇਰੀ ਅਣਗਹਿਲੀ ਨਾਲ ਜੇ ਥੱਲੇ ਡਿੱਗ ਪਏ ਟੁੱਟ ਗਿਆ ਇਹਦੇ ਨਾਲ ਕਹਿਣਾ ਸਾਹਿਬ 5 ਬੰਦਿਆਂ ਦੀ ਮੌਤ ਹੈ ਅੱਛਾ ਦੇਖੋ ਇੱਕ ਤਾਂ ਕੰਪਨੀ ਹੈ ਨਹੀਂ ਇੱਕ ਜਿਹੜਾ ਗਾਇਕ ਆ ਉਹ ਦੁਨੀਆਂ 'ਚ ਚਲਿਆ ਗਿਆ ਗੀਤਕਾਰ ਗੀਤਕਾਰ ਵੀ ਦੁਨੀਆਂ 'ਤੇ ਨਹੀਂ ਸੰਗੀਤਕਾਰ ਵੀ ਨਹੀਂ ਅਤੇ ਪੰਜਵਾਂ ਮੇਰੇ ਕਰਨ ਵਾਲਾ ਬੰਦਾ ਜਿਹੜਾ ਮਤਲਬ ਗੱਲ ਖਤਮ ਇਹ ਕਿਹੜੀ ਕੰਪਨੀ ਦਾ ਜੀ ਇਹ ਕੋਲੰਬੀਆ ਕੰਪਨੀ ਹੈ ਜੀ HMB ਦਾ ਮਾਰਕਾ ਹੀ ਹੈ ਇਹ HMB ਦੇ ਮਾਰਕੇ ਆਉਂਦੇ ਸੀ ਕੋਲੰਬੀਆ ਟਵਿਨ EMI ਇਸ ਤਰ੍ਹਾਂ ਦੇ ਉਹ ਸੀ ਅਤੇ ਜਿਹੜੀ ਇਹ ਮਸ਼ੀਨ ਹੈਗੀ ਹੈ ਤੁਸੀਂ ਤੁਹਾਡੇ ਸਾਹਮਣੇ ਪਈ ਹੈ ਇਹ ਤੁਸੀਂ ਕਿਹੜੇ ਵਰ੍ਹੇ ਦੇ ਵਿੱਚ ਖਰੀਦੀ ਕਿੱਥੋਂ ਖਰੀਦੀ ਸੀ ਇਹ ਦੇਖੋ ਜੀ ਇਹ ਮਸ਼ੀਨ ਆਮ ਹੈ ਇਹ ਪੱਥਰ ਦੇ ਗੀਤ ਜਿਹੜੇ ਮਸਾਲੇ ਵਾਲੇ ਆਪਾਂ ਕਹਿੰਦੇ ਹਾਂ ਲਾਖ ਦੇ ਗਾਣੇ ਉਹਨਾਂ ਨੂੰ ਵਜਾਉਂਦੀ ਹੈ ਬੜੀ ਰੇਅਰ ਹੈ ਇਸ ਤਰ੍ਹਾਂ ਮਸ਼ੀਨਾਂ ਜਿਹੜੀ ਰੱਖਣੀਆਂ ਪੈਂਦੀਆਂ ਨੇ ਕਿਉਂਕਿ ਹੌਲੀ ਹੈ ਕਿਤੇ ਕੋਈ ਪ੍ਰੋਗਰਾਮ ਕਰਨਾ ਹੈ ਕਿਤੇ ਆਪਾਂ ਜਾਣਾ ਹੈ ਜਿਵੇਂ ਕੋਈ ਆਪਾਂ ਉੱਥੇ ਇਹ ਮਸ਼ੀਨ ਚੱਕਣੀ ਆਸਾਨ ਹੈ ਦੂਜੀਆਂ ਮਸ਼ੀਨਾਂ ਦੇ ਵਿੱਚ ਐਪਲੀਫਾਇਰ ਚੱਕਣਾ ਪਊਗਾ ਇਹ ਮਸ਼ੀਨ ਫਿਰ ਮੈਂ 2-3 ਮਸ਼ੀਨਾਂ ਰੱਖੀਆਂ ਹੋਈਆਂ ਨੇ ਇਹ ਉੱਥੇ ਫਿਰ ਲੈ ਕੇ ਜਾਈਦੀਆਂ ਇੱਕ ਜਾਣਕਾਰੀ ਇਹ ਦਿਓ ਕਿ ਤੁਸੀਂ ਪਿੰਡ ਦੇ ਵਿੱਚ ਲਾਇਬ੍ਰੇਰੀ ਬਣਾਈ ਹੈ ਉੱਥੇ ਤੁਸੀਂ ਅਤੇ ਤੁਹਾਡਾ ਪੁੱਤ ਆ ਜਿਹੜਾ ਉਹ ਦੋਵੇਂ ਜਾਣੇ ਉੱਥੇ ਸਾਂਭ ਸੰਭਾਲ ਕਰਦੇ ਹੋ ਕਦੇ ਤੁਹਾਨੂੰ ਸਰਕਾਰ ਦੇ ਵੱਲੋਂ ਸੱਭਿਆਚਾਰਕ ਵਿਭਾਗ ਦੇ ਵੱਲੋਂ ਕਿਸੇ ਸੱਭਿਆਚਾਰਕ ਜਥੇਬੰਦੀ ਦੇ ਵੱਲੋਂ ਕੋਈ ਮਾਇਕ ਮਦਦ ਵੀ ਦਿੱਤੀ ਗਈ ਹੈ ਜਾਂ ਨਹੀਂ ਵੀ ਤੁਸੀਂ ਇੰਨਾ ਵੱਡਾ ਕੰਮ ਕਰ ਰਹੇ ਦੇਖੋ ਜੀ ਹੌਸਲਾ ਅਫਜਾਈ ਪਹਿਲਾਂ ਸਾਹਿਬ ਹੁੰਦੀ ਹੈ ਕਲੱਬਾਂ ਵਾਲੇ ਕਰਦੇ ਨੇ ਜਿਹੜੇ ਵੱਖ ਵੱਖ ਸੰਸਥਾਵਾਂ ਨੇ ਆਪਣੀਆਂ ਮਸ਼ਹੂਰ ਪੰਜਾਬ ਦੀਆਂ ਪੰਜਾਬ ਮੈਂ ਪਹਿਲਾਂ ਪੰਜਾਬ ਦਾ ਇੱਕ ਨਿਮਾਣਾ ਜਿਹਾ ਵਿਅਕਤੀ ਹਾਂ ਜਿਹਨੂੰ ਸਟੇਟ ਅਵਾਰਡ ਮਿਲਿਆ ਪੰਜਾਬ ਸਰਕਾਰ ਵੱਲੋਂ ਕਿਉਂਕਿ ਸੰਗੀਤ ਦੇ ਪੁਰਾਣੇ ਸੰਗੀਤ ਦੇ ਸੰਭਾਲ ਬਦਲੇ ਇੱਕ ਮੈਂ ਪਹਿਲਾ ਵਿਅਕਤੀ ਹਾਂ ਪੰਜਾਬ ਦਾ ਜਿਹਨੇ ਇਹ ਰਿਕਾਰਡਾਂ ਦੇ ਬਦਲੇ ਸਟੇਟ ਅਵਾਰਡ ਲਿੱਤਾ ਹੈ ਦੂਜਾ ਲਿਮਕਾ ਬੁੱਕ ਆਫ ਰਿਕਾਰਡ ਆ ਮੇਰਾ ਜੀ ਤੀਜਾ ਇੰਡੀਆ ਬੁੱਕ ਆਫ ਰਿਕਾਰਡ ਹੈ ਚੌਥਾ ਆਹ ਮੇਰਾ ਪੰਜਾਬ ਗੀਤ ਚੱਲ ਰਿਹਾ ਹੈ ਇਸ ਪੰਜਾਬੀ ਗਾਇਕ ਹਰਭਜਨ ਸਿੰਘ ਰਤਨ ਨੇ ਮੈਨੂੰ ਸੈਂਟਰ ਅਵਾਰਡ ਦਵਾਇਆ ਸੀ ਸੁਸ਼ਮਾ ਸਵਰਾਜ ਤੋਂ ਦਿੱਲੀ ਦੇ ਇੱਕ ਪ੍ਰੋਗਰਾਮ ਦੇ ਵਿੱਚ ਮਹਿੰਦਰ ਸਿੰਘ ਰਧਾਵਾ ਅਵਾਰਡ ਮਿਲਿਆ ਸੀ ਅਤੇ 21,000 ਰੁਪਇਆ ਮੈਨੂੰ ਦਵਾਇਆ ਗਿਆ ਇਹ ਹੋ ਗਈ ਤੁਹਾਡੀਆਂ ਇਹਨਾਂ ਚੀਜ਼ਾਂ ਦੀ ਸੰਭਾਲ ਦੀ ਗੱਲ ਕਿ ਤੁਸੀਂ ਰੇਡੀਓ ਗ੍ਰਾਮੋਫੋਨ ਮਸ਼ੀਨਾਂ ਤਵੇ ਕਿਵੇਂ ਸੰਭਾਲ ਕੇ ਰੱਖੇ ਆ ਪਰ ਤੁਸੀਂ ਮੈਗਜ਼ੀਨਾਂ ਨੂੰ ਵੀ ਸੰਭਾਲ ਕੇ ਰੱਖਦੇ ਹੋ ਉਹਦੇ ਬਾਰੇ ਵੀ ਦੱਸੋ ਮੈਗਜ਼ੀਨ ਇਹ ਸੀ ਜਦੋਂ ਮੈਂ ਰਿਕਾਰਡ ਭਾਲਦਾ ਸੀ ਮੈਂ ਦੇਖਦਾ ਸੀ ਵੀ ਇਹ ਮੈਗਜ਼ੀਨ ਬਹੁਤ ਰੇਅਰ ਹੈ ਕਿਉਂਕਿ ਜਿਹੜਾ ਬੰਦਾ ਇਹ ਚੀਜ਼ ਨਾਲ ਪਿਆ ਹੁੰਦਾ ਹੈ ਪੜ੍ਹਿਆ ਲਿਖਿਆ ਹੁੰਦਾ ਹੈ ਦਿਮਾਗ ਰੱਖਦਾ ਹੈ ਉਸ ਟਾਈਮ ਮੈਂ ਮੈਗਜ਼ੀਨ ਖਰੀਦ ਲੈਂਦਾ ਸੀ ਮੈਗਜ਼ੀਨ 50 ਰੁਪਏ ਦਾ 100 ਰੁਪਏ ਦਾ 500 ਰੁਪਏ ਦਾ ਵੀ ਹੁੰਦਾ ਸੀ ਜਿਹੜੇ ਉਹ ਰੇਅਰ ਚੀਜ਼ ਹੁੰਦੀ ਉਹ ਮਹਿੰਗੀ ਮਿਲ ਜਾਂਦੀ ਸੀ ਜਿਵੇਂ ਹੁਣ 1934 ਦਾ 1930 ਦਾ ਇੰਨੀਆਂ ਕੈਟਾਲੋਗ ਜਿਨ੍ਹਾਂ ਦਾ ਵੀ ਕਿਸੇ ਨੂੰ ਅੱਜ ਤੱਕ ਮੁੱਦਾ ਨਹੀਂ ਪਤਾ ਬਹੁਤ ਬੰਦੇ ਰਿਕਾਰਡ ਤਾਂ ਰੱਖੀ ਬੈਠੇ ਨੇ ਊਟ ਪਟਾਂਗ ਪਰ ਉਹਨਾਂ ਨੂੰ ਜਿਵੇਂ ਆਹ ਗੀਤ ਹੈ ਮੈਂ ਅਸੀਂ ਕਹਿੰਦਾ ਜਿਹੜੇ ਆਪਣੀ ਲਾਈਨ ਹੁੰਦੀ ਹੈ ਸੰਗੀਤ ਦੀ ਅਸੀਂ ਬੰਦੇ ਨੂੰ ਇੱਕ ਪਹਿਲੀ ਗੱਲ ਦੀ ਉਹਨੂੰ ਜਾਂਚ ਲੈਂਦੇ ਹਾਂ ਮੈਂ ਇੱਕ ਨੂੰ ਪੁੱਛਿਆ ਵੀ ਆਹ ਤੂੰ ਕਿਸੇ ਮੇਲਾ ਲਈ ਬੈਠਾ ਹੈ ਰਿਪੂ ਦਮਨ ਸੈਲੀ ਬੰਦੇ ਦਾ ਨਾਂ ਹੈ ਕਿ ਮਰਦ ਦਾ ਨਾਂ ਔਰਤ ਔਰਤ ਦਾ ਨਾਂ ਉਹ ਕਹਿੰਦਾ ਜੀ ਬੰਦੇ ਦਾ ਨਾਂ ਹੈ ਰਿਪੂ ਦਮਨ ਸੈਲੀ ਮੈਂ ਬਸ ਠੀਕ ਆ ਬਸ ਤੂੰ ਇੰਨੇ ਕੁ ਪਾਣੀ 'ਚ ਹੈ ਰਿਪੂ ਦਮਨ ਸੈਲੀ ਜਿਹੜੀ ਆ ਉਹ ਇੱਕ ਔਰਤ ਗਾਇਕਾ ਸੀ ਬੜੇ ਥੋੜ੍ਹੇ ਗੀਤ ਗਾਇਆ ਪਰ ਗੀਤ ਮਿਆਰੀ ਗਾਏ ਨੇ ਉਹ ਫਿਰ ਪਤਾ ਹੁੰਦਾ ਨਹੀਂ ਨੌਲੇਜ ਨਹੀਂ ਹੁੰਦੀ ਤੁਹਾਨੂੰ ਸੰਗੀਤ ਸੰਭਾਲਿਆ ਉਹਦੇ ਬਾਰੇ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ ਜੇ ਤੁਸੀਂ ਮੈਗਜ਼ੀਨ ਦੀ ਗੱਲ ਕੀਤੀ ਮੈਗਜ਼ੀਨ ਮੈਂ ਇੱਕ ਕਰਕੇ ਇਕੱਠੇ ਕੀਤੇ ਵੀ ਕੱਲ੍ਹ ਨੂੰ ਮੈਂ ਲਿਖਦਾ ਪਈ ਅਖਬਾਰਾਂ ਦੇ ਵਿੱਚ ਉਹ ਮੈਨੂੰ ਹੁਣ ਕੰਮ ਦੇ ਰਹੇ ਨੇ ਹੁਣ ਹਮਦਾਰ ਸਾਹਿਬ ਕੋਲ ਬੈਠਣਾ ਆਇਆ ਗੱਲ ਹੋਈ ਹੈ ਹੁਣ ਮੈਂ ਤੁਹਾਡੇ ਅਖਬਾਰ ਦੇ ਲਈ ਅਜਿਹੀਆਂ ਚੀਜ਼ਾਂ ਮੈਂ ਭੇਜਿਆ ਕਰੂੰਗਾ ਤੁਸੀਂ ਹੈਰਾਨ ਹੋ ਜਾਓਗੇ ਅੱਜ ਤੱਕ ਕਿਸੇ ਨੇ ਲਿਖੇ ਹੀ ਨਹੀਂ ਲਿਖੇ ਹੀ ਲਿਖੇ ਨਾ ਪੰਜਾਬੀ ਅਤੇ ਅਣਗੌਲੇ ਗਾਇਕ ਪਏ ਨੇ ਲਾਚੌਲ ਜਮਾਂ ਜੜ ਦੇ ਬਹੁਤ ਲਿਖਿਆ ਪਿਆ ਗਿਆ ਕੁਲਦੀਪ ਮਾਨਕ ਦੇ ਲਿਖਿਆ ਜਾ ਰਿਹਾ ਹੈ ਪਰ ਅਜਿਹੇ ਗਾਇਕ ਨੇ ਜਿਹਨਾਂ ਦੇ ਲਿਖਿਆ ਨਹੀਂ ਦਲਜੀਤ ਸਿੰਘ ਕਲਿਆਣਪੁਰੀ ਪਿਆ ਭਾਣ ਸਿੰਘ ਮਾਹੀ ਪਿਆ ਇਸ ਤੋਂ ਇਲਾਵਾ ਭਾਈ ਸੈਲਾ ਪਿਆ ਇਸ ਤੋਂ ਇਲਾਵਾ ਪੁਰਾਣੇ ਭਾਈ ਆਗਾ ਫੈਜ਼ ਪਿਆ ਹੋਰ ਬੜੇ ਪਏ ਨੇ ਕਿਸੇ ਨੂੰ ਅੱਜ ਤੱਕ ਨਹੀਂ ਪਤਾ ਢਾਡੀ ਯੂਨੀਵਰਸਿਟੀ ਕਿਤਾਬਾਂ ਛਾਪੀਆਂ ਨੇ ਵੀ ਢਾਡੀ ਕਲਾ 1930 ਤੋਂ ਸ਼ੁਰੂ ਹੋਈ ਹੈ ਨੋ ਪਹਿਲਾ ਰਿਕਾਰਡ ਮੁਸਲਮਾਨ ਭਾਈ ਕੱਲੂ ਨੇ ਗਾਇਆ ਉਹ ਢਾਡੀ ਵਾਰ ਮੇਰੇ ਕੋਲ ਕੱਲੂ ਦੀ ਪਈ ਹੈ ਇੱਕ ਭਾਈ ਅਮਾਨਦੀਨ ਹੋਇਆ ਢਾਡੀ ਜਿਹਦਾ ਕਿਸੇ ਅੱਜ ਤੱਕ ਕਿਸੇ ਨੇ ਵਰਣਨ ਨਹੀਂ ਕੀਤਾ ਮੈਂ ਉਹ ਚੀਜ਼ ਦਾ ਲੇਖ ਅਜੀਤ ਅਖਬਾਰ ਨੂੰ ਭੇਜੂੰਗਾ ਸਭ ਤੋਂ ਪਹਿਲਾਂ ਢਾਡੀ 12 ਕਿਹਨੇ ਗਈਆਂ ਕਿਹੜੇ ਟਾਈਮ 'ਚ ਗਈਆਂ ਜੀ ਜੀ ਇਹ ਜਿਹੜਾ ਤੁਸੀਂ ਗ੍ਰਾਮੋਫੋਨ ਮਸ਼ੀਨ ਦੇ ਉੱਤੇ ਰਿਕਾਰਡ ਘੁੰਮ ਰਿਹਾ ਇਹ ਕਿੰਨਾ ਦਾ ਹੈਗਾ ਅਤੇ ਇਹਨੂੰ ਥੋੜ੍ਹਾ ਜਿਹਾ ਸੁਣਾ ਵੀ ਦਿਓ ਇਹ ਜਿਹੜਾ ਬੜਾ ਦੁਰਲੱਭ ਧਾਰਮਿਕ ਗੀਤ ਹੈ ਸਾਡੇ ਬਜ਼ੁਰਗ ਪੰਜਾਬੀ ਗਾਇਕ ਹੋਏ ਨੇ ਹਰਭਜਨ ਸਿੰਘ ਰਤਨ ਜਿਹੜੇ ਰੇਡੀਓ ਜਲੰਧਰ ਨਾਲ ਜੁੜੇ ਰਹੇ ਨੇ ਦਿੱਲੀ ਨਾਲ ਜੁੜੇ ਰਹੇ ਨੇ ਗੁਰਬਾਣੀ ਵਿਚਾਰ ਜਿਹੜਾ ਪ੍ਰੋਗਰਾਮ ਚੱਲਦਾ ਜਲੰਧਰ ਤੋਂ ਉਹ ਇਹਨਾਂ ਦੀ ਦੇਣੀ ਹੈ ਲਓ ਉਹਨਾਂ ਦਾ ਪਹਿਲਾ ਮੈਂ ਧਾਰਮਿਕ ਗੀਤ ਨਾਲ ਅੱਜ ਦਾ ਪ੍ਰੋਗਰਾਮ ਸ਼ੁਰੂ ਕਰ ਰਿਹਾ ਜੀ।
ਵਾਹ ਬਹੁਤ ਵਧੀਆ ਬਹੁਤ ਵਧੀਆ। ਇਹ ਸੀ ਧਰਮਗੀਰ ਜੀ ਹਰਭਜਨ ਸਿੰਘ ਰਤਨ ਦੀ ਆਵਾਜ਼ ਵਿੱਚ ਜਿਹੜਾ ਤੁਹਾਨੂੰ ਸੁਣਾਇਆ ਗਿਆ। ਜੀ ਜੀ ਅਗਲਾ ਗੀਤ ਇੱਕ ਮੈਂ ਹੋਰ, ਉਸ ਤੋਂ ਬਾਅਦ ਫਿਰ ਆਪਾਂ ਗੱਲਬਾਤ ਜਾਰੀ ਰੱਖਾਂਗੇ। ਜੀ ਜੀ ਬਿਲਕੁਲ। ਇਹ ਕਿਹਨਾਂ ਦਾ? ਪੰਜਾਬੀ ਦੀ ਮਸ਼ਹੂਰ ਗਾਇਕਾ ਜਿਹੜਾ ਮੈਂ ਜ਼ਿਕਰ ਕਰ ਕੱਟਿਆ ਰੀਪੂ ਦਮਨ ਸੈਲੀ, ਜਿਹਨਾਂ ਨੇ ਥੋੜ੍ਹਾ ਗਾਇਆ ਪਰ ਗਾਇਆ ਬੜਾ ਵਧੀਆ। ਉਹਨਾਂ ਦਾ ਇੱਕ ਅਜਿਹਾ ਗੀਤ ਸੁਣਾਉਣ ਜਾ ਰਹੇ ਹਾਂ, ਪਰ ਉਹ ਅਜੀਤ ਦੇ ਇਸ ਮਾਧਮ ਰਾਹੀਂ ਪਹਿਲੀ ਵਾਰ ਇਹ ਗੀਤ ਬਹੁਤ ਸਰੋਤੇ ਸੁਣਨਗੇ, ਜੋ ਗੁਰਮੁਖ ਸਿੰਘ ਲਾਲੀ ਦੀ ਲਾਇਬ੍ਰੇਰੀ ਦਾ ਇੱਕ ਬੜਾ ਦੁਰਲੱਭ ਗੀਤ ਹੈ। ਬਹੁਤ ਵਧੀਆ ਪਹਿਲਾ ਸਾਹਿਬ ਜੀ। ਜਿਹੜਾ ਅਗਲਾ ਗੀਤ ਹੈ ਉਹ ਵੀ ਮੈਂ ਇੱਕ ਬੜਾ ਬੜਾ ਦੁਰਲੱਭ ਗੀਤ ਸੁਣਾਉਣ ਜਾ ਰਿਹਾ। ਸਾਂਝੇ ਪੰਜਾਬ ਦੀ ਗਾਇਕਾ ਹੁੰਦੀ ਸੀ ਜੀਨਤ ਬੇਗਮ, ਨਾਂ ਸੁਣਿਆ ਹੋਊਗਾ ਬਿਲਕੁਲ। ਉਹਨਾਂ ਦਾ ਬੜਾ ਇੱਕ ਰੇਅਰ ਨੰਬਰ ਮੈਂ ਪੇਸ਼ ਕਰਨ ਜਾ ਰਿਹਾ। ਬਹੁਤ ਵਧੀਆ ਬਹੁਤ ਵਧੀਆ। ਕਹਿਣਾ ਸਾਹਿਬ ਇੱਕ ਬੋਲੀਆਂ ਚੱਲਦੀਆਂ ਹੁੰਦੀਆਂ ਨੇ ਆਪਾਂ ਜਦੋਂ ਵਿਆਹ ਹੱਲਦੀਆਂ ਹੁੰਦੀਆਂ ਨੇ, ਜੀ ਜੀ, ਇਹ ਪ੍ਰਕਾਸ਼ ਕੌਰ ਨੇ ਗੀਤ ਗਾਇਆ ਸੀ। ਇਹ ਗੀਤ ਵੀ ਬਹੁਤ ਵਾਰੀ ਨਵੇਂ ਸਰੋਤਿਆਂ ਤੇ ਸੁਣਿਆ ਨਹੀਂ ਹੋਣਾ, ਪੁਰਾਣੇ ਸਰੋਤਿਆਂ ਦੇ ਗਾਣਾ ਘੱਟ ਵੱਜਿਆ ਕਿਉਂਕਿ ਰਿਕਾਰਡ ਇਹ 500 ਕਾਪੀ ਬਣੀ ਸੀ। ਅੱਛਾ ਲਓ ਲਓ ਜੀ ਇੱਕ ਬੜਾ ਚੀਜ਼ ਟਹਿਣਾ ਸਾਹਿਬ ਜਿਨ੍ਹਾਂ ਨੇ 1947 ਦੀ ਵੰਡ ਦਾ ਦ੍ਰਿਸ਼ ਦੇਖਿਆ ਹੈ, ਨੰਦ ਲਾਲ ਨੂਰਪੁਰੀ ਨੇ ਸਾਡੇ ਗਾਇਕ ਗੀਤਕਾਰ ਨੇ ਗੀਤ ਲਿਖਿਆ ਤੇ ਸਾਡੇ ਮਹਾਨ ਗਾਇਕ ਰਫੀ ਸਾਹਿਬ ਨੇ ਗਾਇਆ, ਤੇ ਗੀਤ ਜਿਹਨੇ ਸੁਣ ਲਿਆ ਤੇ ਅੱਖਾਂ ਦੇ ਹੰਝੂ ਆ ਜਾਣਗੇ। ਇਹ ਉਹ 47 ਦੀ ਵੰਡ ਨੂੰ ਕੀਤਾ ਹੈ। ਰਾਵੀ ਸੜ ਚੱਲਿਆ, ਚਨਾਬ ਸੜ ਚੱਲਿਆ, ਖੂਨਾਂ ਲਿਬੜੀ ਆਪਣੀ ਮਾਂ ਸੜ ਚੱਲਿਆ, ਇਸ ਤਰ੍ਹਾਂ ਦਾ ਗੀਤ ਹੈ। ਵਤਨਾਂ ਦੀ ਮਿੱਠੀ ਮਿੱਠੀ ਛਾਂ ਛੱਡ ਚੱਲਿਆ, ਰਾਵੇ ਛੱਡ ਚੱਲਿਆ, ਕਨਾ ਛੱਡ ਚੱਲਿਆ। ਲੋਰੀਆਂ ਜਿੱਥੇ ਕਦੀ
ਬਾਕੀ ਅਗਲਾ ਗੀਤ ਸੁਣਾਉਣ ਤੋਂ ਪਹਿਲਾਂ ਜੀ ਹੁਣ ਦੋ ਚੀਜ਼ਾਂ ਮੈਂ ਦੋ ਕੈਸਟਾਂ ਵੀ ਕੱਢੀਆਂ ਐਚ ਐਫ ਬੀ ਨੇ ਜੀ ਸਿੱਖੀ ਸਿਦਕ ਇੱਕ ਜੀਵਨ ਕਥਾ ਗੁਰੂ ਨਾਨਕ ਦੇਵ ਜੀ ਅਤੇ ਇਹ ਸਿੱਖੀ ਸਿਦਕ ਦੇ ਵਿੱਚ ਕਿਹਨੇ ਕਿਹਨੇ ਗਾਇਆ ਵੱਖ ਵੱਖ ਕਲਾਕਾਰਾਂ ਨੇ ਵਿੱਚ ਗੀਤ ਦਿੱਤੇ ਆ ਇਹਦੇ ਵਿੱਚ ਐਚ ਐਮ ਏ ਨੇ ਮੈਥੋਂ ਸੰਯੋਗ ਲਿਆ ਤਾ ਦੋਹੇ ਕੈਸਟਾਂ 'ਚੋਂ ਆਹ ਵੀ ਇੱਕ ਸਭ ਤੋਂ ਪਹਿਲਾ ਸਿਲੰਡਰ ਰਿਕਾਰਡ ਹੈ ਬਿਲਕੁਲ ਮੈਂ ਇਸੇ ਗੱਲ 'ਤੇ ਆਉਣ ਲੱਗਾ ਸੀ ਵੀ ਇਹ ਰਿਕਾਰਡ ਕਿੰਨਾ ਕੁ ਪੁਰਾਣਾ ਹੈਗਾ ਕਿਹੜੀ ਕੰਪਨੀ ਦਾ ਹੈਗਾ ਇਹ ਐਡੀਸਨ ਰਿਕਾਰਡ ਬੋਲਦੇ ਜੀ ਸਿਲੰਡਰ ਵਾਲਾ ਮੋਮ ਦਾ ਰਿਕਾਰਡ ਬੋਲਦੇ ਆ 1902 ਦਾ 28 ਜੁਲਾਈ 1902 ਦਾ ਰਿਕਾਰਡ ਹੈ ਅੱਛਾ ਬਣਿਆ ਹੋਇਆ ਇਹਦੇ ਲਈ ਫਿਰ ਜਿਹੜੇ ਇਹਨੂੰ ਪੇਸ਼ ਕਰਨ ਦੇ ਲਈ ਇਹਨੂੰ ਵਜਾਉਣ ਦੇ ਲਈ ਕੋਈ ਹੋਰ ਯੰਤਰ ਹੋ ਹਾਂਜੀ ਮਸ਼ੀਨ ਹੋਰ ਹੁੰਦੀ ਸੀ ਜਿਵੇਂ ਟੋਕੇ ਵਾਲੀ ਮਸ਼ੀਨ ਨਹੀਂ ਉਸ ਤਰ੍ਹਾਂ ਚੱਲਦਾ ਸੀ ਰਿਕਾਰਡ ਇਹ ਅੱਛਾ ਵਾਜਬ ਦੇਖ ਗੱਲ ਚੱਲਦੀ ਸੀ ਫਿਲਮਾਂ ਦੀ ਆ ਜਦੋਂ ਆਪਾਂ ਫਿਲਮਾਂ ਦੇਖਦੇ ਸੀ ਫਿਲਮ ਸੂਰਜ ਦਾ ਪੋਸਟਰ ਪੰਜਾਬੀ ਫਿਲਮ ਤਿਲ ਤਿਲ ਦਾ ਲੇਖਾ ਵਾਹ ਉਹਦਾ ਪੋਸਟਰ ਪੰਜਾਬੀ ਫਿਲਮ ਜਿੰਦਰੀ ਯਾਰ ਦੀ ਉਹਦਾ ਪੋਸਟਰ ਫਿਲਮ ਜਿੰਦਰੀ ਯਾਰ ਦੀ ਦਾ ਪੋਸਟਰ ਦਿਲ ਕਾ ਹੀਰਾ ਵਾਹ ਕਸ਼ਬੂ ਦਾ ਪੋਸਟਰ ਲਹੂ ਦੀ ਲਕੀਰ ਦਾ ਪੋਸਟਰ ਸਿਤਾਨ ਦਾ ਪੋਸਟਰ ਆਗ ਦਾ ਪੋਸਟਰ ਨਦਾਨ ਦਾ ਪੋਸਟਰ ਫੰਦੇਬਾਜ ਦਾ ਪੋਸਟਰ ਜਮਲਾ ਜੱਟ ਦਾ ਪੋਸਟਰ ਵਾਹ ਜੀ ਵਾਹ 10 ਲੱਖ ਦਾ ਪੋਸਟਰ ਬੇਸ਼ਰਮ ਦਾ ਪੋਸਟਰ ਆਪ ਆਏ ਬਹਾਰਾਈ ਦਾ ਪੋਸਟਰ ਵਾਹ ਜੀ ਨੱਚਦੀ ਜਵਾਨੀ ਪੰਜਾਬੀ ਫਿਲਮ ਦਾ ਪੋਸਟਰ ਜਮਲਾ ਜੱਟ ਦਾ ਪੋਸਟਰ ਫਿਲਮ ਗੀਤ ਦਾ ਪੋਸਟਰ ਵਾਹ ਜੀ ਵਾਹ ਇਹ ਚੀਜ਼ਾਂ ਜੀ ਬਾਕੀ ਹੁਣ ਬਹੁਤ ਵਧੀਆ ਲਾਲੀ ਜੀ ਇਹ ਤੁਹਾਡੇ ਕੋਲ ਇੰਨਾ ਅਣਮੁੱਲਾ ਖਜ਼ਾਨਾ ਜਿਹਨੂੰ ਮੇਰਾ ਖਿਆਲ ਆ ਵੀ ਦੇਖਣ ਦੇ ਲਈ ਸਮਝਣ ਦੇ ਲਈ ਬਹੁਤ ਲੰਮਾ ਸਮਾਂ ਚਾਹੀਦਾ ਪਰ ਸਾਨੂੰ ਇਹ ਜਾਂਦਿਆਂ ਜਾਂਦਿਆਂ ਇਹ ਜਾਣਕਾਰੀ ਦਿਓ ਕਿ ਇੱਕ ਤਾਂ ਜਿਵੇਂ ਤੁਸੀਂ ਕਿਹਾ ਕਿ ਕੁਝ ਕੁ ਲੋਕ ਕੁਝ ਕੁ ਕਲੱਬਾਂ ਜਿਹੜੀਆਂ ਉਹ ਸਹਿਯੋਗ ਦੇ ਦਿੰਦੀਆਂ ਪਰ ਫਿਰ ਵੀ ਇੰਨਾ ਵੱਡਾ ਸਰਮਾਇਆ ਇਕੱਠਾ ਕਰਨ ਦੇ ਲਈ ਲੱਖਾਂ ਰੁਪਈਆ ਤੁਸੀਂ ਖਰਚ ਕੀਤਾ ਹੋਣਾ ਇਹ ਸਾਰਾ ਕੁਝ ਆਪਣੀ ਜੇਬ ਦੇ ਵਿੱਚੋਂ ਕੀਤਾ ਫਿਰ ਸਾਰਾ ਆਪਣੀ ਜੇਬ 'ਚੋਂ ਜੀ ਜੇਬ 'ਚੋਂ ਖਰਚ ਕੀਤਾ ਦੇਖੋ ਮੈਂ ਬੈਂਕ ਦੇ ਵਿੱਚ ਨੌਕਰੀ ਕੀਤੀ ਹੈ ਹੁਣੇ ਪਿਛਲੇ ਸਾਲ ਰਿਟਾਇਰ ਹੋਇਆ ਮੈਨੇਜਰ ਦੀ ਪੋਸਟ ਤੋਂ ਮੈਨੂੰ ਜਿੰਨੀ ਕਿ ਮੈਂ ਅੱਧੀ ਤਨਖਾਹ ਇਹ 'ਤੇ ਲਾਈ ਹੈ ਅੱਛਾ ਬਾਕੀ ਘਰ ਖੇਤੀਬਾੜੀ ਮੇਰੇ ਘਰ 31 ਕਿੱਲੇ ਜ਼ਮੀਨ ਹੈ ਮੇਰੇ ਕੋਲ ਪਰਿਵਾਰ ਦਾ ਸਹਿਯੋਗ ਮਿਲਦਾ ਇਸ ਮਸਲੇ ਦੇ ਵਿੱਚ ਪਰਿਵਾਰ ਦਾ ਪੂਰਾ ਸਹਿਯੋਗ ਮਿਲਦਾ ਪੂਰਾ ਸਹਿਯੋਗ ਦੇਖੋ ਪਹਿਲਾਂ ਤਾਂ ਮਾੜਾ ਮੋਟਾ ਉਹ ਨੋਕ ਚੋਕ ਹੁੰਦੀ ਸੀ ਵੀ ਤੂੰ ਇੰਨੇ ਖਰਚ ਕਰੀ ਜਾਂਦਾ ਜਦੋਂ ਉਹ ਲੋਕ ਘਰੇ ਚੰਗੇ ਲੋਕ ਆਉਂਦੇ ਨੇ ਫਿਰ ਉਹ ਆਪਣੇ ਆਪ ਹੀ ਸਭ ਖੁਸ਼ ਹੋ ਜਾਂਦੇ ਆ ਫਿਰ ਸਹਿਯੋਗ ਦੇਣ ਲੱਗ ਗਿਆ ਪਰਿਵਾਰ ਮੈਨੂੰ ਇਹ ਜਾਣਕਾਰੀ ਦਿਓ ਕਿ ਮੰਨ ਲਓ ਤੁਹਾਡੇ ਕੋਲ ਕੋਈ ਦੂਰ ਦੁਰਾਡੀ ਥਾਂ ਤੋਂ ਚੱਲ ਕੇ ਆਉਂਦਾ ਕਿ ਅਸੀਂ ਲਾਲੀ ਜੀ ਕੋਲ ਚੱਲੇ ਹਾਂ ਇੱਕ ਸਾਨੂੰ ਫਲਾਣਾ ਰਿਕਾਰਡ ਚਾਹੀਦਾ ਫਲਾਣੇ ਕਲਾਕਾਰ ਦਾ ਤੁਸੀਂ ਉਹਨਾਂ ਨੂੰ ਦਿਖਾਉਣਾ ਹੀ ਆ ਜਾਂ ਉਹਨਾਂ ਨੂੰ ਕਾਪੀ ਵੀ ਕਰਨ ਦਾ ਮੌਕਾ ਦੇ ਦਿੰਦੇ ਜਾਣੇ ਕਾਪੀ ਨਹੀਂ ਅਸੀਂ ਬਣਾਉਂਦੇ ਜੀ ਮੈਂ ਮੇਰਾ ਇੱਕ ਸਿਸਟਮ ਬਣਾਇਆ ਹੋਇਆ 2 ਘੰਟੇ ਚਾਹੇ 4 ਘੰਟੇ ਸੁਣ ਲਓ ਮੇਰੇ ਕੋਲ ਟਾਈਮ ਲੈਂਦੇ ਨੇ ਉਹ ਫਿਰ ਬਹਿ ਕੇ ਸੁਣ ਕੇ ਜਾਂਦੇ ਨੇ ਮੇਰੇ ਕੋਲ ਆਉਂਦੇ ਆ ਰਿਕਾਰਡਿੰਗ ਜੇ ਅਸੀਂ ਰਿਕਾਰਡਿੰਗ ਦੇਣ ਲੱਗ ਗਏ ਫਿਰ ਸਾਡੀ ਵੈਲਿਊ ਖਤਮ ਹੋ ਜਾਂਦੀ ਹੈ ਪਹਿਲਾਂ ਤਾਂ ਫਿਰ ਤਾਂ ਸਾਡੇ ਕੋਲ ਕਿਹਨੇ ਆਉਣਾ ਹੁਣ ਮੈਂ ਇੱਕ ਰੇਡੂ ਸਟੇਸ਼ਨ ਚਲਾਇਆ ਹੋਇਆ ਬਾਬਰੋਲਾ ਘਰੋਂ ਚਲਾਉਣਾ ਬਾਬਰੋਲਾ ਉਹ ਕੀ ਹੋਇਆ ਪਹਿਲਾਂ ਮੈਂ ਰੈਗੂਲਰ ਚੱਲਦਾ 24 ਘੰਟੇ ਹੁਣ ਮੈਂ ਉਹ ਕਿਤੇ ਕਿਤੇ ਚਲਾਉਣਾ ਇਹ ਇੰਟਰਨੈਟ ਰੇਡੀਓ ਇੰਟਰਨੈਟ ਰੇਡੀਓ ਹੈ ਚੱਕਰ ਕੀ ਹੈ ਕੰਪਿਊਟਰ ਹੈ ਕੰਪਿਊਟਰ ਦੇ ਅੱਗੇ ਬਹੁਤ ਚੋਰ ਬੈਠੇ ਆ ਜੀ ਇਹੋ ਜਿਹੇ ਬੰਦੇ ਬੈਠੇ ਆ ਜਿਹੜੇ ਨਾਲ ਦੀ ਨਾਲ ਦੇਖੋ ਅਸ਼ਤਾਰ ਕਾਰ ਇਹਨੇ ਮਹਿੰਗੇ ਖਰੀਦੇ ਆ ਬੜੀਆਂ ਇਹ ਬੜੀਆਂ ਘੋਲ ਕਰਕੇ ਬੜੇ ਕਿਸ ਤਰੀਕੇ ਨਾਲ ਲੈ ਕੇ ਰਾਤਾਂ ਕੱਟ ਕੇ ਕਿ ਮੈਂ ਸੰਘਰਸ਼ ਮਈ ਕੰਮ ਕਰਕੇ ਅਸੀਂ ਇਹ ਚੀਜ਼ ਨੂੰ ਇਕੱਠਾ ਕੀਤਾ ਹੈ ਉਹ 1 ਸਕਿੰਟ 'ਤੇ ਸਾਡੇ ਗੀਤ ਨੂੰ ਚੋਰੀ ਕਰ ਲੈਂਦੇ ਨੇ ਔਰ ਉਹ ਰਿਕਾਰਡ ਵੇਚਦੇ ਆ ਗਰੁੱਪ ਬਣਾ ਕੇ ਜੀ ਗਾਹਾਂ ਉਹ ਦੂਜੇ ਨੂੰ ਪਾਉਂਦਾ ਦੂਜਾ ਉਹਨੂੰ ਪਾਉਂਦਾ ਇਸ ਕਰਕੇ ਫਿਰ ਮੈਂ ਹੁਣ ਕਿਤੇ ਕਿਤੇ ਕੋਈ ਦਿਲ ਹੋਵੇ ਉਹਦੇ ਮੈਂ ਉਹ ਪ੍ਰੋਗਰਾਮ ਆਪਦਾ ਪੇਸ਼ ਕਰਦਾ ਬੜੇ ਰੇਅਰ ਰਿਕਾਰਡ ਸੁਣਾ ਦਿੰਦਾ ਹੁਣ ਮੈਂ ਗੀਤ ਨੂੰ ਥੋੜ੍ਹਾ ਕੱਟ ਲੈਂਦਾ ਜਾਂ ਉਹਦਾ ਮਿਊਜ਼ਿਕ ਕੱਟ ਲੈਂਦਾ ਇਸ ਤਰ੍ਹਾਂ ਪੇਸ਼ ਕਰਦਾ ਫਿਰ ਭਵਿੱਖ ਦੀਆਂ ਤੁਹਾਡੀਆਂ ਕੀ ਯੋਜਨਾਵਾਂ ਹੁਣ ਹੋਰ ਭਵਿੱਖ ਨਾਲ ਯੋਜਨਾਵਾਂ ਇਹ ਹੈ ਜੀ ਮੈਂ ਚੀਜ਼ ਨੂੰ ਇਹ ਮੇਰਾ ਕਾਕਾ ਮੇਰਾ ਜੁੜਿਆ ਹੋਇਆ ਬੀਟੈਕ ਕੰਪਿਊਟਰ ਦੀ ਕੀਤੀ ਹੈ ਮੈਂ ਇਹਨੂੰ ਕੰਪਿਊਟਰ ਏਜ ਵੀ ਕਰ ਰਿਹਾ ਔਰ ਆਉਣ ਵਾਲੀ ਮੈਂ ਚਾਹੁੰਦਾ ਵੀ ਕੁਛ ਚੀਜ਼ਾਂ ਕੰਮ ਸੰਸਥਾਵਾਂ ਜਾਂ ਸਰਕਾਰ ਜਾਂ ਜਿਹੜੀਆਂ ਕੰਪਨੀਆਂ ਨੇ ਜਿਵੇਂ ਹੁਣ ਐਚ ਐਮ ਪੀ ਸੋਨੀ ਕੋਲ ਚਲੇ ਗਈ ਉਹ ਮੈਥੋਂ ਸਹਿਯੋਗ ਲੈਣ ਵੀ ਇਹ ਤਾਂ ਨਹੀਂ ਵੀ ਹੁਣ ਗੱਲ ਸੁਣ ਵਿੱਚ ਬੰਦੇ ਅੱਜ ਕੱਲ੍ਹ ਰਿਕਾਰਡਿੰਗ ਕਰਾ ਕੇ ਵੇਚੀ ਜਾਂਦੇ ਨੇ 1000-2000 ਦਾ ਵੀ 1000-2000 ਦਾ ਤੁਹਾਨੂੰ ਪਤਾ ਕੰਮ ਹੈ ਨਹੀਂ ਇਹ ਵੀ ਜੇ ਕੰਪਨੀ ਸਾਨੂੰ ਜਾਂ ਸਾਡਾ ਖਰਚਾ ਉਹਨਾਂ ਸਾਨੂੰ ਵਧੀਆ ਦੇਵੇ ਅਸੀਂ ਕੰਪਨੀ ਨੂੰ ਵੀ ਇਹ ਚੀਜ਼ ਦੇ ਸਕਦੇ ਹਾਂ ਤਾਂ ਜੋ ਕਿ ਚੀਜ਼ ਇਹ ਲੋਕਾਂ ਤੱਕ ਪਹੁੰਚਦੀ ਹੋ ਜਾਵੇ ਬਿਲਕੁਲ ਸਹੀ ਗੱਲ ਅਸੀਂ ਇਹ ਚਾਹੁੰਦੇ ਹਾਂ ਗੁਰਮੁਖ ਸਿੰਘ ਜੀ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਬੜੀਆਂ ਤੁਸੀਂ ਸਾਨੂੰ ਕੀਮਤੀ ਗੱਲਾਂ ਦੱਸੀਆਂ ਸਾਡੇ ਸੱਭਿਆਚਾਰ ਦੇ ਨਾਲ ਸਾਡੇ ਗੀਤ ਸੰਗੀਤ ਨਾਲ ਜੁੜੀਆਂ ਹੋਈਆਂ ਸਾਡੇ ਅਤੀਤ ਦੇ ਨਾਲ ਜਿਹੜੀਆਂ ਜੁੜੀਆਂ ਅਤੇ ਅਸੀਂ ਮੇਰਾ ਖਿਆਲ ਤੁਸੀਂ ਇੱਕ ਹੋਰ ਰਿਕਾਰਡ ਆ ਜਿਹੜਾ ਸੁਣਾਉਣਾ ਚਾਹੁੰਦੇ ਹੋ ਇਹ ਕਿਹਨਾਂ ਦਾ ਹੈਗਾ ਜੀ ਇਹ ਬਹੁਤ ਘੱਟ ਬੰਦਿਆਂ ਨੂੰ ਪਤਾ ਹੋਊਗਾ ਸੀ ਐੱਚ ਆਤਮਾ ਦਾ ਪੰਜਾਬੀ ਰਿਕਾਰਡ ਹੈ ਇੱਕੋ ਰਿਕਾਰਡ ਗਾਇਆ ਸੀ ਐੱਚ ਆਤਮਾ ਨੇ ਰਿਕਾਰਡ ਤਾਂ ਹੋਰ ਵੀ ਹੈਗੇ ਸੀ ਭਾਈ ਸੈਲਾ ਹੈਗਾ ਆਪਣਾ ਰੇਅਰ ਹੈ ਮੈਂ ਅੱਜ ਕੁਛ ਇਸ ਤਰ੍ਹਾਂ ਦੇ ਗੀਤ ਸੁਣਾ ਲਿਆ ਹੈ ਅਤੇ ਗੀਤ ਮੈਂ ਦੋ ਸੁਣਾਉਂ ਇੱਕ ਮਿੰਟ ਮੈਨੂੰ ਮਿੰਟ ਹੋਰ ਦੇ ਰਹੇ ਹੋ ਇਸ ਤੋਂ ਬਾਅਦ ਇੱਕ ਭਗਤ ਸਿੰਘ ਮਾਹੀ ਦਾ ਗੀਤ ਸੁਣਾਉਣ ਜਾ ਰਹੇ ਹਾਂ ਪਹਿਲਾਂ ਗੀਤ ਸੁਣ ਲਓ ਆ
ਅੱਛਾ ਜਿਹੜਾ ਭਾਅ ਜੀ ਲਾਸਟ ਗੀਤ ਟਹਿਲਾ ਸਾਹਿਬ ਸੁਣਾਉਣ ਜਾ ਰਿਹਾ ਦੇਖੋ ਟਾਈਮ ਵੀ ਹੋ ਰਿਹਾ ਜੀ ਇੱਥੇ ਇੱਕ ਨਵੀਂ ਨੌਲੇਜ ਨਜ਼ਰ ਆ ਪਹਿਲਾਂ ਜਦੋਂ ਕੰਪਨੀ ਰਿਕਾਰਡ ਬਣਾਉਂਦੀ ਸੀ ਉਹ 10-20 ਕਾਪੀਆਂ ਪ੍ਰਿੰਟ ਟੈਸਟ ਕੱਢਦੀ ਹੁੰਦੀ ਨਮੂਨੇ ਤੌਰ ਤੇ ਇਹਦੇ ਦੂਜੇ ਪਾਸੇ ਹੋਰ ਰਿਕਾਰਡ ਆ ਇੱਧਰ ਪੰਜਾਬੀ ਗੀਤ ਹੈ ਉਹ ਫਿਰ ਡਿਸਟ੍ਰੀਬਿਊਟਰ ਚੰਗੇ ਪੜ੍ਹੇ ਲਿਖੇ ਡਿਸਟ੍ਰੀਬਿਊਟਰ ਸੰਗੀਤ ਬੜੀ ਨੌਲੇਜ ਰੱਖਦੇ ਸੀ ਉਹਨਾਂ ਨੂੰ ਇਹ ਰਿਕਾਰਡ ਭੇਜੇ ਜਾਂਦੇ ਸੀ ਫਿਰ ਉਹਨਾਂ ਦੀ ਚਿੱਠੀਆਂ ਜਦੋਂ ਆ ਜਾਂਦੀਆਂ ਸੀ ਵੀ ਹਾਂ ਇਹ ਗੀਤ ਚੱਲਣ ਯੋਗ ਹੈ ਫਿਰ ਉਸ ਤੋਂ ਬਾਅਦ ਕਾਪੀਆਂ 100 ਕਾਪੀ ਜਾਂ 500 ਕਾਪੀ ਵਿਕਰੀ ਲਈ ਉਹਦੀ ਇੱਕ ਦਲੀਪ ਸਿੰਘ ਦੀਪ ਜੋ ਇਸ ਦੁਨੀਆਂ 'ਚ ਨਹੀਂ ਰਹੇ ਥੋੜ੍ਹਾ ਸਮਾਂ ਪਹਿਲਾਂ ਉਹਨਾਂ ਦਾ ਗਾਇਆ ਹੋਇਆ ਰਿਕਾਰਡ ਹੈ ਲਓ ਜੀ ਬਹੁਤ ਵਧੀਆ ਧੰਨਵਾਦ ਅਸਲ ਦੇ ਵਿੱਚ ਨਾ ਰੂਹ ਸਰਸ਼ਾਰ ਹੋ ਗਈ ਹੈ ਤੁਹਾਡੇ ਇਹ ਗਾਣੇ ਸੁਣ ਕੇ ਇਹ ਰਿਕਾਰਡ ਸਾਰੇ ਦੇਖ ਕੇ ਜੋ ਤੁਸੀਂ ਸਾਡੇ ਕੋਲ ਲੈ ਕੇ ਆਏ ਹੋ ਕੀਮਤੀ ਸਮਾਨ ਅਤੇ ਦਿਲ ਕਰਦਾ ਸੀ ਹੋਰ ਬਹੁਤ ਸਾਰੀਆਂ ਗੱਲਾਂ ਕਰੀਏ ਗੁਰਮੁਖ ਜੀ ਤੁਹਾਡੇ ਨਾਲ ਪਰ ਵਕਤ ਦੀ ਘਾਟ ਆ ਜਿਹੜੀ ਉਹ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕਦੇ ਫਿਰ ਮੁਲਾਕਾਤ ਕਰਾਂਗੇ ਇਸੇ ਤਰੀਕੇ ਨਾਲ ਵਿਚਾਰਾਂ ਦੀ ਸਾਂਝ ਪਾਵਾਂਗੇ ਅਤੇ ਬਹੁਤ ਬਹੁਤ ਮਿਹਰਬਾਨੀ ਤੁਸੀਂ ਵਕਤ ਕੱਢਿਆ ਸ਼ੁਕਰੀਆ ਤੁਹਾਡਾ ਤੁਹਾਡੇ ਸਾਰੇ ਅਜੀਤ ਅਖਬਾਰ ਦੇ ਜਿਹੜੇ ਸਹਿਯੋਗੀ ਨੇ ਨਾਲ ਕੰਮ ਕਰ ਰਹੇ ਨੇ ਮੈਨੂੰ ਇੱਕ ਨਵਾਣੇ ਜਿਹੇ ਵਿਅਕਤੀ ਨੂੰ ਸਮਾਂ ਦਿੱਤਾ ਗੁਰਮੁਖ ਸਿੰਘ ਲਾਲੀ ਨੂੰ ਜਿਹੜੇ ਅਜੀਤ ਨਾਲ ਅਖਬਾਰ ਨਾਲ ਜੁੜੇ ਹੋਏ ਸਰੋਤੇ ਨੇ ਜਿਨ੍ਹਾਂ ਨੇ ਮੇਰੇ ਪੰਜਾਬੀ ਗੀਤ ਜੋ ਮੈਂ ਸੰਭਾਲ ਕੇ ਰੱਖੇ ਨੇ ਉਹਨਾਂ ਦਾ ਸਾਰਿਆਂ ਦਾ ਨਾਲ ਰੂਬਰੂ ਮੈਨੂੰ ਪੇਸ਼ ਕੀਤਾ ਮੈਂ ਫਿਰ ਥੋੜ੍ਹਾ ਸਾਰਿਆਂ ਦਾ ਧੰਨਵਾਦ ਮਿਹਰਬਾਨੀ ਦੋਸਤੋ ਇਹ ਸਨ ਗੁਰਮੁਖ ਸਿੰਘ ਲਾਲੀ ਹੋਰੀ ਜਿਨ੍ਹਾਂ ਨੇ ਆਪਣੇ ਰਿਕਾਰਡ ਸਾਨੂੰ ਦਿਖਾਏ ਵੀ ਆ ਕੋਈ 1921 ਦਾ ਕੋਈ 1902 ਦਾ ਕੋਈ ਬਹੁਤ ਪੁਰਾਣਾ ਇੰਨਾ ਕੁ ਪੁਰਾਣਾ ਜਦੋਂ ਅਸੀਂ ਕਦੇ ਸੁਣਿਆ ਵੀ ਨਹੀਂ ਜਿਨ੍ਹਾਂ ਦੇ ਬਾਰੇ ਜਦੋਂ ਅਸੀਂ ਪੈਦਾ ਵੀ ਨਹੀਂ ਸੀ ਹੋਏ ਇਹ ਪੀੜ੍ਹੀ ਦਰ ਪੀੜ੍ਹੀ ਇੱਕ ਤੋਂ ਦੂਜੇ ਤੱਕ ਰਿਕਾਰਡ ਪਹੁੰਚੇ ਅਤੇ ਇਹਨਾਂ ਨੇ ਇਹ ਸੰਭਾਲ ਕੇ ਰੱਖੇ ਆ ਇਹਨਾਂ ਨੇ ਦੱਸਿਆ ਵੀ ਕਿਵੇਂ ਮਿਹਨਤ ਕੀਤੀ ਇਹਨਾਂ ਨੇ ਦੱਸਿਆ ਵੀ ਕਿਵੇਂ ਅਸੀਂ ਇਹ ਸਾਰਾ ਕੁਝ ਆ ਜਿਹੜਾ ਉਹ ਸੰਭਾਲ ਕੇ ਅਤੇ ਲੋਕਾਂ ਦੇ ਲਈ ਇੱਕ ਲਾਇਬ੍ਰੇਰੀ ਬਣਾਈ ਆਪਣੇ ਪਿੰਡ ਦੇ ਵਿੱਚ ਅਤੇ ਪੇਸ਼ਕਾਰੀ ਕਰਦੇ ਨੇ ਲੋਕਾਂ ਵਾਸਤੇ ਕਿ ਸਾਡੇ ਸੱਭਿਆਚਾਰ ਨੂੰ ਸਾਡੇ ਅਤੀਤ ਨੂੰ ਚੇਤੇ ਰੱਖਿਆ ਜਾ ਸਕੇ ਉਮੀਦ ਹੈ ਤੁਹਾਨੂੰ ਇਹ ਗੱਲਬਾਤ ਸਾਰੀ ਪਸੰਦ ਆਈ ਹੋਏਗੀ ਹੁਣ ਆਗਿਆ ਦਿਓ ਤੁਹਾਡੀ ਬਹੁਤ ਬਹੁਤ ਮਿਹਰਬਾਨੀ